ਸਰ ਵੈਰੀ ਵੈਲਕਮ ਸਰ ਕੀ ਹੋ ਗਿਆ ਸਰ ਥੋੜਾ ਲੇਟ ਹੋ ਗਿਆ ਮੈਂ ਮੈਂ ਟੀਮ ਵਰਕ ਕਰ ਗਿਆ ਕੀ ਰਵੀ ਦਾ ਬਹੁਤ ਖੌਫ ਹੈ ਜਦੋਂ ਰਵੀ ਆਫਿਸ 'ਚ ਬੈਠਾ ਹੁੰਦਾ ਕੋਈ ਆਫਿਸ ਨਹੀਂ ਆਉਂਦਾ ਵੈਸੇ ਜਦੋਂ ਮੈਂ ਆਫਿਸ 'ਚ ਹੁੰਦੀ ਕੋਈ ਵੀ ਅੰਦਰ ਆ ਕੇ ਬੈ ਗਿਆ ਬੈਠਾ ਖੜਾ ਕਿਸੇ ਨੂੰ ਕੋਈ ਫਰਕ ਨਹੀਂ ਕਿ ਮੈਂ ਕੰਮ ਕਰ ਰਹੀ ਆ ਐਸੇ ਉਹ ਮਾਹੌਲ ਬਣਿਆ ਮੈਨ दैट ਕੇਮ ਟੂ ਯੂ ਜਦੋਂ ਉਸ ਸਕ੍ਰਿਪਟ ਤੇ ਆਇਆ ਤੇ ਉਤੋਂ ਸਕਰੀਨ ਤੱਕ ਜਾਣਾ ਕਿੰਨਾ ਮੁਸ਼ਕਲ ਸੀਗਾ ਬਹੁਤ ਔਖਾ ਸੀ ਮੈਂ ਹਮੇਸ਼ਾ ਕਹਿੰਦੀ ਕਿ ਮੈਨੂੰ ਕਾਮੇਡੀ ਬਿਲਕੁਲ ਨਹੀਂ ਆਉਂਦੀ ਥੈਟਸ ਦਾ ਵਨ ਜਨਰ ਜੋ ਮੈਂ ਬਿਲਕੁਲ ਸਿੱਖਣਾ ਚਾਹੁੰਦੀ ਆ ਇੰਡੀਆ 'ਚ ਮੈਨੂੰ ਲੱਗਦਾ ਹੈ ਕਿ ਜਿਵੇਂ ਦੀ ਕਾਮੇਡੀ ਸ਼੍ਰੀ ਦੇਵੀ ਕਰਦੇ ਸੀ ਹੈ ਨਾ ਜਿਵੇਂ ਚਾਲਬਾਜ਼ ਕੈਨ ਯੂ ਹੈਲਪ ਮੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਏ ਕਰਕੇ ਫਿਰ ਆਏ ਕਰਕੇ ਭੇਜੀ ਓ ਬਾਈ ਗੋਡ ਮੇਰੇ ਖਿਆਲ ਤੋਂ ਮੈਂ 32 ਪੈਂਤੀ ਠੇਕ ਲੈ ਆਈ ਵਾਂਟ ਟੂ ਡੂ ਸਮਥਿੰਗ ਲਾਈਕ ਮਾਰਵਲ ਆਫਟਰ ਕਾਮੇਡੀ ਜੇ ਮੈਂ ਕੁਝ ਕਰਨਾ ਮੈਨੂੰ ਮਨ ਕਰਦਾ ਮੈਂ ਹਾਲੀਵੁੱਡ ਚਲ ਜਾਵਾਂ ਮੈਂ ਉੱਥੇ ਜਾ ਕੇ ਵੰਡਰ वुਮਨ ਕਰਾਂ ਆਪਣੀ ਨੌਕਰੀ ਤੋਂ ਇਲਾਵਾ ਕੋਈ ਹੋਰ ਕੰਮ ਕਰਨ ਨੂੰ ਕਹ ਦੋ ਨਹੀਂ ਹੁੰਦਾ ਅਰ ਯੂ ਆ ਡ੍ਰਿੰਕ 1 2 3 5 ਜੌਬਸ ਸਾਈਮਲਟੇਨियसली ਇਹਨਾਂ ਦੇ ਥੋੜੇ ਦੇ ਪਾਲ ਪਿੱਛੇ ਕਰਕੇ ਦੇਖੋ ਸ਼ਾਇਦ ਉਹਨਾਂ ਨੇ ਕਾਲ ਨਾ ਲੱਗੀ ਹੋਵੇ ਕਿਤੇ 에어ਪੋਰਟ ਨਾ ਹੋਵੇ ਕੰਚ ਕੁਝ ਵੀ ਨਹੀਂ ਯਾਰ ਮੈਨੂੰ ਲੱਗਦਾ ਕਿ ਐਕਟਰਸ ਇੱਕ ਬਹੁਤ ਹੀ ਵਿਹਲੀ ਜਾਤਾ ਬਾਕੀ ਦਿਨ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਨਾ ਆ ਪਿਆਰ ਸੋਸ਼ਲ ਮੀਡੀਆ ਗੇਮ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਦੇ ਤਿੰਨ ਹੋਰ ਪੋਸਟ ਪਾ ਲਏ ਫਿਰ ਕੀ ਕਰੋਗੇ ਕੁਝ ਦਿਨ ਇਹੋ ਜਿਹੇ ਹੁੰਦੇ ਆ ਜਿੱਤੇ ਹਰ ਪਾਸੋਂ ਪ੍ਰੈਸ਼ਰ ਇਹਦਾ ਵੱਧ ਜਾਂਦਾ ਨਾ ਤੁਹਾਨੂੰ ਲੱਗਦਾ ਤੁਹਾਡਾ ਦਿਮਾਗ ਫਟ ਜਾਊਗਾ ਸਤਿ ਸ਼੍ਰੀ ਅਕਾਲ ਜੀ ਮੈਂ ਭਵਨੀਤ ਕੌਸ਼ਲ ਤੁਸੀਂ ਵੇਖ ਰਹੇ ਹੋ ABP ਸਾਂਝਾ ਤੇ ਅੱਜ ਨਾ ਮੇਰੇ ਨਾਲ ਮੌਜੂਦ ਨੇ ਸਿੱਧੂਆਂ ਦੇ ਨਾਲ ਕੁਝ ਅੱਗੇ ਅੱਗੇ ਪਿੱਛੇ ਕਹਿ ਸਕਦੇ ਆ ਉਹਨਾਂ ਨਾਲ ਖਾਨਦਾਨ ਨਾਲ ਤਾਲੁਕ ਰੱਖਣ ਵਾਲੇ ਲੋਕ ਲੇਕਿਨ ਇਹ ਸਿੱਧੂ ਨਾ ਐਵੇਂ ਦੇ ਨਹੀਂ ਹੈਗੇ ਇਹ ਆਏ ਨੇ ਸਾਊਥ ਹਾਲ ਤੋਂ ਜਿੱਦਕਿਦ ਉਹ ਤੋਂ ਕੀ ਕੁਝ ਲੈ ਕੇ ਆਏ ਨੇ ਤੇ ਕੀ ਕੁਝ ਸਾਨੂੰ ਪੇਸ਼ ਕਰਨਗੇ ਉਹ ਜਾਣਾਂਗੇ ਇਹਨਾਂ ਦਾ ਜੈਟ ਲੈਗ ਥੋੜਾ ਜਿਹਾ ਹੋਇਆ ਪਿਆ ਹੈ ਹੈਨਾ ਜਿੱਦਕਿਦ ਹੈਨਾ ਬਹੁਤ ਜ਼ਿਆਦਾ ਸਰਗੁਨ ਮਹਿਤਾ ਦੇ ਅਜੇ ਸਰਕਾਰ ਹੈ ਵੈਲਕਮ ਟੂ ABP ਜੀ ਸਤਿ ਸ਼੍ਰੀ ਅਕਾਲ ਤੇ ਸਾਊਥ ਹਾਲ ਤੋਂ ਦ ਸਿੱਧੂਜ਼ ਆ ਗਏ ਨੇ ਮੈਂ ਕਿ ਲੈਕ ਕਿਹਦੇ ਸਿੱਧੂਆਂ ਦੇ ਖਾਨਦਾਨ ਤੋਂ ਹੈਗੇ ਆ ਇਹ ਸਾਨੂੰ ਜ਼ਰਾ ਐਕਸਪਲੇਨੇਸ਼ਨ ਦਿੱਤੀ ਜਾਵੇ ਆਪਾਂ ਉਹ ਸਿੱਧੂਆਂ ਦੇ ਲਾਣੇ ਤੋਂ ਨਹੀਂ ਜਿੱਥੇ ਕੋਈ ਵੀ ਕੰਮ ਸਿੱਧਾ ਨਹੀਂ ਹੁੰਦਾ ਆਪਾਂ ਸਿੱਧੇ ਨੂੰ ਵੀ ਸਿੱਧੂ ਕਰਤਾ ਵੈਰੀ ਵੈਲ ਵਾਓ ਸਰ ਵੈਰੀ ਵੈਲ ਪੁਟ ਵੈਰੀ ਵੈਲ ਪੁਟ ਸੋਰੀ ਮੇਰਾ ਲੇਟ ਥੋੜਾ ਲੇਟ ਹੋ ਗਿਆ ਮੈਂ ਮੈਂ ਟੀਮ ਵਰਕ ਬੋਲ ਗਿਆ ਕੀ ਹੈ

ਤੇ ਅ ਅਜੇ ਹੈਨਾ ਇਹ ਜੋੜੀ ਜਿਹੜੀ ਹੈਗੀ ਹੈ ਇਹ ਬਹੁਤ ਨਵੀਂ ਹੈ ਸਾਡੇ ਵਾਸਤੇ ਹੈਨਾ ਲਾਈਕ ਸਰਗੁਨ ਦਾ ਹੁਣ আজকাল ਹੁੰਦਾ ਕਿ ਨਵੀਂ ਪੈਰਿੰਗ ਸਰਗੁੰਦੀਆਂ ਚੱਲ ਰਹੀਆਂ ਨੇ ਬਟ ਅਜੇ ਲਾਈਕ ਜਦ ਸਰਗੁਨਲ ਪੈਰਿੰਗ ਹੋਈ ਸਭ ਤੋਂ ਪਹਿਲਾਂ ਲਾਈਕ ਜਦ ਫਾਈਨਲ ਹੋ ਗਿਆ ਕਿ ਹਾਂ ਸਰਗੁਨਲ ਪੈਰਿੰਗ ਹੈ ਵਾਟ ਵਾਸ ਔਨ ਯੂਰ ਮਾਈਂਡ ਮੇਰੇ ਕੋ ਸਰ ਜੀ ਉਦੋਂ ਨੰਬਰ ਹੁੰਦਾ ਇਹਨਾਂ ਦਾ ਮੈਂ ਫੋਨ ਕਰਕੇ ਪਹਿਲਾਂ ਤੇ ਥੈਂਕ ਯੂ ਕੰਦਾ ਉਹ ਸੀਗਾ ਨਹੀਂ ਮੈਂ ਇਹਨਾਂ ਨੂੰ ਸੈੱਟ ਤੇ ਪਹਿਲੀ ਵਾਰ ਮਿਲਿਆ ਸੀਗਾ ਨਹੀਂ ਮੈਂ ਬਾਈਟਲ ਦੇ ਆਫਿਸ ਚ ਇੱਕਦਿ ਕਰ ਮਿਲਿਆ ਸੀ ਪਰ ਇਹਨਾਂ ਨੂੰ ਨਹੀਂ ਸੀ ਯਾਦ ਉਹ ਇਦਾਂ ਕਰਾਸ ਕਰਦੇ ਕਰਦੇ ਮੈਂ ਮਿਲਿਆ ਸੀਗਾ ਤੇ ਮੈਂ ਇਹਦਾ ਵਾਕ ਕਰਕੇ ਨਹੀਂ ਨਹੀਂ ਮੈਂ ਤਾਂ ਬੜੀ ਮੈਂ ਬੜੀ ਐਕਸਾਈਟਮੈਂਟ ਨਾਲ ਬੱਚਾ ਰਹੂੰਗੀ ਮੈਂ ਪੱਕਾ ਮੈਂ ਮੈਂ ਸੈਟ ਤੇ ਬੜੀ ਐਕਸਾਈਟਮੈਂਟ ਨਾਲ ਬੁਝਾ ਮੈਂ ਸਰ ਨੂੰ ਆਪਣਾ ਇੱਕ ਵਾਰ ਮਿਲ ਕੇ ਨਹੀਂ ਅੱਛਾ ਮੈਂ ਕਹਿੰਦੀ ਨਹੀਂ ਨਹੀਂ ਮਿਲਿਆ ਨਹੀਂ ਸੀ ਉਹ ਇਦਾਂ ਹੀ ਕ੍ਰਾਸ ਕੀਤਾ ਸੀ ਮੈਂ ਮੈਂ ਖਬਰ ਅਪ ਜਾ ਬਟ ਮੈਂ ਆ ਸੈਟ ਤੇ ਪਹਿਲੀ ਵਾਰ ਮਿਲਿਆ ਸੀਗਾ ਸੋ ਆਈ ਆ ਡਿਡ ਥੈਂਕ ਅ ਅੱਛਾ ਤੇ ਲਾਈਕ ਜਦੋਂ ਉਹ ਬੌਸੀ ਬੀਹੇਵ ਕੀਤਾ ਜਿਸਨੂੰ ਤੁਸੀਂ ਸੈਟ ਤੇ ਬਹੁਤ ਦੁਖੀ ਹੋਏ ਸੀ ਉਹ ਦਿਨ ਦੀ ਕਹਾਣੀ ਮੈਨੂੰ ਦੱਸੋ ਤੇ ਦੁਖੀ ਨਹੀਂ ਕੀਤਾ ਬਟ ਦ ਫਰਸਟ ਡੇ ਆ ਮੈਟਰ ਮੈਂ ਥੋੜਾ ਜਿਹਾ ਟਿਮਿਡੇਟਡ ਸੀਗਾ ਕਿ ਹਲਕਾ ਜਿਹਾ ਮੈਨੂੰ ਸੀਗਾ ਕਿ ਪ ਕਿਹੋ ਜਿਆ ਮਤਲਬ ਮੇਰੇ ਮੈਥਾ ਕਦੀ ਮਿਲੇ ਨਹੀਂ ਨਾ ਸੋ ਮੈਨੂੰ ਨਹੀਂ ਪਤਾ ਕਿ ਨੇਚਰ ਕਿਹੋ ਜੀ ਹੈ ਜਾਂ ਕਿਦਾਂ ਗੱਲ ਕਰਉ ਨੂੰ ਕਿਵੇਂ ਨਹੀਂ ਉਹ ਤਾਂ ਚਲੋ ਫਿਰ ਮੈਨੂੰ ਬਾਜ ਪਤਾ ਲੱਗਾ ਕਿ ਬਹੁਤ ਵਧੀਆ ਹੈ ਹੋਰ ਕੀ ਮੈਂ ਕਿਹਾ ਸਰਗੁਣ ਨੇ ਨਾ ਇੱਕਦਮ ਗੈਂਗ ਅਪ ਕਰ ਲਿਆ ਹੈ ਨਾ ਦੇਖ ਸਰ ਮੈਂ ਲਾਈਕ ਇੰਟੀਮੀਡੇਟਿੰਗ ਹੈਗੇ ਰੀਅਲ ਲਾਈਫ ਦੇ ਵਿੱਚ ਮੈਂ ਹਾਂ ਥੀ ਵੈਨ ਯੂ ਆਰ ਲਾਈਕ ਟੋਟਲੀ ਆਫ ਮੈਂ ਉਹ ਦੇਖਿਆ ਨਹੀਂ ਬਟ ਖੌਫ ਹੈਗਾ ਜਿੱਥੇ ਜਿੱਥੇ ਸਰਗੁੰਦਾ ਖੌਫ ਹੈਗਾ ਆਈ ਥਿੰਕ ਇੱਕ ਕੀਆ ਦੋ ਵਾਰੀ ਜਦੋਂ ਮੈਂ ਕਿਸੇ ਨੂੰ ਬਹੁਤ ਡਾਂਟਿਆ ਹੋਣਾ ਉਹ ਵੀ ਉਡਾਰੀਆਂ ਦੇ ਸੱਟ ਤੋਂ ਸ਼ੁਰੂ ਸ਼ੁਰੂ ਚ ਹੋਣਾ ਅੱਛਾ ਉੱਥੇ ਤਾਂ ਹੋਣਾ ਖੌਫ ਲੈ ਉੱਥੇ ਵੀ ਮੇਰਾ ਖੌਫ ਇੰਨਾ ਹੈ ਕਿ ਬਸ अच्छा सरगुण आई है मैं भी कुछ कह दूंगी जे कुछ होया था है ना लाइक रवि ਦਾ ਬਹੁਤ ਖੌਫ ਹੈ लाइक ਜਦੋਂ ਰਵੀ ਆਫਿਸ 'ਚ ਬੈਠਾ ਹੁੰਦਾ ਕੋਈ ਆਫਿਸ ਨਹੀਂ ਹੁੰਦਾ ਵੈਸੇ ਜਦੋਂ ਮੈਂ ਆਫਿਸ 'ਚ ਹੁੰਦੀ ਕੋਈ ਵੀ ਅੰਦਰ ਆ ਕੇ ਬੈ ਗਿਆ ਬੈਠਾ ਖੜਾ ਕਿਸੇ ਨੂੰ ਕੋਈ ਫਰਕ ਨਹੀਂ ਕਿ ਮੈਂ ਕੰਮ ਕਰ ਰਹੀ ਆ ਹੈ ਨਾ ਕਹਿਣਾ ਪੈਂਦਾ ਮੈਂ ਕੰਮ ਕਰ ਰਹੀ ਆ ਗਾਇਸ ਕੈਨ ਯੂ ਗੈਟ ਆਊਟ ਹੈ ਨਾ ਸਾਰੇ ਅੰਦਰ ਹੁੰਦੇ ਆ ਜਦੋਂ ਰਵੀ ਆਉਂਦਾ ਤਾਂ ਆਫਿਸ ਤੋਂ 1 ਕਿਲੋਮੀਟਰ ਦੂਰ ਸਾਰਾ ਉਹਨਾਂ ਤੋਂ ਖੌਫ ਮੇਰੇ ਤੋਂ ਖੌਫ ਨਹੀਂ। ਕੀ ਗੱਲ ਹੈ? ਬਟ ਜਿਵੇਂ ਨਾ ਅਜਨੈਕਿਆ ਐਕਚੁਅਲੀ ਹੁੰਦਾ ਹੈ ਕਿ ਜਦ ਤੁਸੀਂ ਕਿਸੇ ਨਾਲ ਫਸਟ ਟਾਈਮ ਕੰਮ ਕਰ ਰਹੇ ਹੁੰਦੇ ਨਾ ਕਿ ਜਦ ਤੱਕ ਤੁਸੀਂ ਮਿਲੇ ਨਹੀਂ ਹੁੰਦੇ ਉਹ ਆਈਸ ਬ੍ਰੇਕ ਨਹੀਂ ਹੋਈ ਹੁੰਦੀ। ਬਟ ਤੁਹਾਡੀ ਲਾਈਫਸ ਕਦੀ ਹੋਇਆ ਕਿ ਸਰ ਮੈਂ ਤੁਸੀਂ ਇੰਟੀਮੀਡੇਟਡ ਹੋਏ ਹੋ ਕਿਸੇ ਐਕਟਰ ਤੋਂ ਕਿ ਯਾਰ ਇਹ ਆ ਕੇ ਕੀ ਕਰੂਗਾ? ਅਕਸ਼ਰ ਸਰ ਤੋਂ ਹੋਈ ਸੀ ਜਿਵੇਂ ਹੈ ਨਾ ਬਿਕੋਜ਼ ਉਹਨਾਂ ਦੇ ਨਾਲ ਜਦੋਂ ਪਹਿਲਾ ਵੀ ਸੀਨ ਸੀ ਤਾਂ ਉਹ ਐਕਚੁਅਲੀ ਸੀਨ ਵੀ ਉਹੋ ਜਿਹਾ ਸੀ ਕਿ ਮੈਂ ਉਹਨਾਂ ਨੂੰ ਮਤਲਬ ਗਾਹਲੀ ਟਾਈਪ ਕੱਢਣੀ ਹੈ ਕਿਹਲੋ ਉਹਨਾਂ ਦਾ ਮੂੰਹ ਵਾ ਫੜਨਾ ਹੈ ਇਹਨਾਂ ਨੂੰ ਡੰਡੇ ਡੁੰਡੇ ਕਰਨੇ ਆਈ ਹੈ ਟੂ ਬੀ ਬੌਸੀ ਓਵਰ ਹਿਮ ਉਹ ਮੇਰਾ ਪਹਿਲਾ ਸੀਨ ਪਹਿਲੀ ਹਿੰਦੀ ਫਿਲਮ ਅਕਸ਼ੇਕ ਮਾਰ ਸਾਹਮਣੇ ਖੜਾ ਮੈਂ ਗਿਆ ਹੋ ਗਿਆ ਫਿਰ ਤੇ ਦੇਖੋ ਮੇਰਾ ਜੇ ਤੁਸ ਮੈਨੂੰ ਪੁੱਛਿਆ ਮੇਰੀ ਲਾਈਫ ਦੇ ਹੇ ਤੱਕ ਦਕਸ਼ੇ ਸਰ ਤਾਂ ਇਹੀ ਹੈ ਨਾ ਫਿਰ ਮੈਂ ਤਾਂ ਫਿਰ ਇਹੀ ਕਹਿਣਾ

ਬਟ ਸਰਗਨ ਲਾਈਕ ਜਦ ਇਹਦਾ ਟ੍ਰੇਲਰ ਦੇਖਿਆ ਨਾ ਕਿ ਸਿਡੂਜ਼ ਆਫ ਸਾਊਥ ਹਾਲ ਜਰਾ ਪਹਿਲਾਂ ਵੀ ਸੁਣਿਆ ਸੀ ਨਾ ਪਤਾ ਕਿ ਹਾਂ ਇੱਕ ਕਾਮੇਡੀ ਫਿਲਮ ਹੈ ਬਟ ਇੱਥੇ ਕਾਮੇਡੀ ਉਹ ਵਾਲੀ ਨਹੀਂ ਸੀ ਜਦ ਮੇਰੇ ਮੈਨ ਤੁਹਾਨੂੰ ਆਂਦੇ ਹੀ ਕਿਹਾ ਮੈਨੂੰ ਇਹ ਲੱਗਦਾ ਪਿਆ ਇੱਥੇ ਸਰਗੁਣ ਵੀ ਕਾਮੇਡੀ ਨੂੰ ਡਰਾਈਵ ਕਰ ਰਹੀ ਆ ਹੈਨਾ ਸਰਗੁਣ ਇਸ ਆਲਸੋ ਲਾਈਕ ਲੀਡਿੰਗ ਦਾ ਕਾਮੇਡੀ ਸੀਨ ਕਿਉਂਕਿ ਮੋਸਟ ਆਫ ਦਾ ਟਾਈਮ ਆਪਾਂ ਜਿੱਤੇ ਦੇਖਿਆ ਸੌਕਣ ਸੌਕੜੇ ਸੀਗਾ ਲੇਕਿਨ ਓਵਰਆਲ ਬਾਕੀ ਫਿਲਮਾਂ ਚ ਨਹੀਂ ਹੁੰਦਾ ਕਿ ਤੁਸੀਂ ਕਾਮੇਡੀ ਸੀ ਨੂੰ ਲੀਡ ਕਰੋ ਬਟ ਇੱਥੇ ਉਹ ਮਾਹੌਲ ਬਣਿਆ when that came to you ਜਦੋਂ ਉਸ ਸਕ੍ਰਿਪਟ ਤੇ ਆਇਆ ਤੇ ਉਤੋਂ ਸਕ੍ਰੀਨ ਤੱਕ ਜਾਣਾ ਕਿੰਨਾ ਕੁ ਮੁਸ਼ਕਲ ਸੀਗਾ ਬਹੁਤ ਔਖਾ ਸੀ ਮੈਂ ਹਮੇਸ਼ਾ ਕਹਿੰਦੀ ਕਿ ਮੈਨੂੰ ਕਾਮੇਡੀ ਬਿਲਕੁਲ ਨਹੀਂ ਆਉਂਦੀ ਤਾਂ ਐਂਡ ਕੋਈ ਤਰੀਕਾ ਨਹੀਂ ਆਈ ਥਿੰਕ ਇਟਸ ਓਨਲੀ ਔਨ ਦਾ ਜੌਬ ਤੁਸੀਂ ਜਦੋਂ ਲੋਕਾਂ ਨਾਲ ਹੁੰਦੇ ਹੋ ਤੁਹਾਨੂੰ ਕੋਈ ਸੀਨ ਮਿਲਦਾ ਹੈ ਤੁਸੀਂ ਪਰਫਾਰਮ ਕਰਦੇ ਹੋ ਤਾਂ ਬਹੁਤ ਵਾਰੀ ਆਇਆ ਹੁੰਦਾ ਹੈ ਕਿ ਜਿਵੇਂ ਜਦੋਂ ਬੀਨੂ ਭਾਜੀ ਮੇਰੇ ਨਾਲ ਸੀ ਡਿਊਰਿੰਗ ਕਾਲਾ ਸ਼ਾ ਕਾਲਾ ਜਿਹੜਾ ਮੇਰਾ ਉਹ ਬਹੁਤ ਰੋਣ ਵਾਲਾ ਜਿਹੜਾ ਵਾਇਰਲ ਹੋਇਆ ਸੀ ਉਹ ਉਹਨਾਂ ਦਾ ਆਈਡੀਆ ਸੀ ਆਪਾਂ ਗੱਡੀ 'ਚ ਬੈਠੇ ਸੀ ਮੈਂ ਰੋਣ ਲੱਗੀ ਕਹਿੰਦੇ ਹਾਂ ਨਾ ਰੋ ਕਹਿੰਦੇ ਆਏ ਖਿੱਲਰ ਜਾ ਕਰੋ ਕਰ ਹੈਨਾ ਕਹਿੰਦੇ ਦੇਖੀ ਕਿਵੇਂ ਚੱਕਿਆ ਜਾਊਗਾ ਸੀ ਕਿਉਂਕਿ ਹੀ ਨੋਜ਼ ਕਿ ਅੱਛਾ ਕੀ ਚੀਜ਼ ਪਿਕ ਕਰਦੀ ਹੈ ਕਿਹੜੇ ਮੂਮੈਂਟ ਤੇ ਬੈਂਗ ਕਰਦੀ ਹੈ ਹੈਨਾ ਇਹੋ ਜੀ ਬਹੁਤ ਸਾਰ ਆਈ ਫੀਲ ਦੈਟ ਮੈਂ ਬਹੁਤ ਸਿੱਖ ਕੇ ਆਈ ਆ ਬਟ ਆਮ ਲਾਈਕ ਅ ਲੌਂਗ ਵੇ ਟੂ ਗੋ ਤੇ ਅਜੇ ਲਾਈਕ ਸੀਨ ਦੇ ਵਿੱਚ ਬਹੁਤ ਸਾਰੇ ਐਸੇ ਐਕਟਰਸ ਜਿਹੜਾ ਨੰਬਰ ਆਫ ਫਿਲਮਾਂ ਕਰ ਚੁੱਕੇ ਨੇ ਉਸ ਤੋਂ ਪਹਿਲਾਂ ਜਿੰਨੀਆਂ ਵੀ ਤੁਸੀਂ ਫਿਲਮਾਂ ਕੀਤੀਆਂ ਔਰ ਡੀ ਵਡੀਸ ਅਨਸੈਂਬਲ ਦੇ ਵਿੱਚ ਤੁਸੀਂ ਕੰਮ ਨਹੀਂ ਕੀਤਾ ਹੈ ਨਾ ਇੱਥੇ ਹਰ ਕੋਈ ਮਜਿਆ ਹੋਇਆ ਖਿਲਾੜੀ ਆ ਆਪਣੀ ਆਪਣੀ ਥਾਂ ਦਾ ਉਹਨਾਂ ਦੇ ਵਿੱਚ ਫਿੱਟ ਹੋ ਕੇ ਲਾਈਕ ਉੱਥੇ ਲਾਈਕ ਆਪਣੀ ਪ੍ਰੈਜ਼ੈਂਸ ਜਮਾਣਾ ਅਜੇ ਨੂੰ ਔਖਾ ਲੱਗ ਰਿਹਾ ਸੀਗਾ ਸਾਰੇ ਇਹਨੇ ਪ੍ਰੋਫੈਸ਼ਨਲ ਹੈ ਆਬਵੀਅਸਲੀ ਮੈਂ ਸਾਰਿਆਂ ਨਾਲ ਪਹਿਲੀ ਵਾਰ ਕੰਮ ਕਰ ਰਿਹਾ ਸੀਗਾ ਸੋ ਹਲਕਾ ਜਿਹਾ ਝਿਜਕ ਜੀ ਹੁੰਦੀ ਹੈ ਬਟ ਇੰਨੇ ਸਾਰੇ ਪ੍ਰੋਫੈਸ਼ਨਲ ਐ ਸਾਰੇ ਬੜੇ ਸਪੋਰਟਿਵ ਸੀ ਮੈਨੂੰ ਤਾਂ ਸਟਾਰਟਿੰਗਸ ਦਾ ਹੀ ਫੀਲਰ ਲੱਗਿਆ ਰਹਿੰਦਾ ਸੀ ਮੇਰੇ ਕਰਕੇ ਨਾ ਕੋਈ ਸੀਨ ਖਰਾਬ ਹੋ ਜਾਏ ਯਾਰ ਇਹ ਸਾਰਿਆਂ ਨੂੰ ਦੁਬਾਰਾ ਕਰਨਾ ਪੈ ਜਾਵੇ ਬਟ ਸਾਥ ਦਿੰਦੇ ਸੀ ਸਾਰੇ ਤੇ ਸਪੈਸ਼ਲੀ ਜਦੋਂ ਬੀ ਐਨ ਸ਼ਰਮਾ ਸਾਹਿਬ ਇਫਤਖਾਰ ਭਾਜੀ ਇੱਕ ਸੀਨ ਚ ਹੋਣ ਤਾਂ ਮੈਂ ਤਾਂ ਸੀਨ ਚ ਵੀ ਪਰਫਾਰਮ ਕਰਦੇ ਹੋਏ ਤਾਂ ਮੈਨੂੰ ਕਿਤਨਾ ਕਿਤੇ ਨਾ ਧਿਆਨ ਇਹਨਾਂ ਵਾਲੀ ਜਾਂਦਾ ਸੀ ਕਿ ਕਰ ਕੀ ਰਹੇ ਕਰਕੇ ਮੇਰੇ ਇੰਨੇ ਲਾਈਕ ਐਫਰਟਲੈਸਲੀ ਈਵਨ ਸਰਗੁਨ ਬੁ ਡਿਗਰੀ ਕੇ ਜੋ ਕਮਾਲ ਦੀ ਇਹਨਾਂ ਦੀ ਪ੍ਰੈਜ਼ੈਂਸ ਐ ਸਕਰੀਨ ਤੇ ਜੋ ਇਹ ਕਰਦੇ ਪਤਾ ਨਹੀਂ ਆਪਣੇ ਫਲੋ ਹੁੰਦਾ ਹੈ ਕੋਈ ਐਫਰਟ ਨਹੀਂ ਪਉਂਦੇ ਕਈ ਵਾਰ ਕਹਿੰਦੇ ਨੇ ਕਿ ਨਾ ਐਸੇ ਸੀਨਸ ਦੇ ਵਿੱਚ ਹੋ ਕੇ ਨਾ ਕਈ ਵਾਰ ਰਿਐਕਸ਼ਨ ਦੇਣਾ ਇਹ ਬੜਾ ਮੁਸ਼ਕਲ ਹੋ ਜਾਂਦਾ ਹੈ ਬਟ ਕਈ ਵਾਰ ਉੱਥੇ ਖੜਨਾ ਤੇ ਉਸ ਨੂੰ ਵਿੱਚ ਇੰਜੋਏ ਨਾ ਕਰਨਾ ਉਹਨੂੰ ਸਮਝ ਰਹੇ ਹੋ ਨਾ ਕਿ ਉਹਦੇ ਵਿੱਚ ਡੁੱਬ ਕੇ ਇੰਨਾ ਨੇ ਇੰਜੋਏ ਕਰਨਾ ਕਿ ਭੁੱਲ ਜਾਈ ਆਪ ਅਸੀ ਨੂੰ ਇਹ ਕਿੱਡਾ ਕੋ ਹੁੰਦਾ ਕਿਉਂਕਿ ਉਹ ਕਲਾਕਾਰ ਐਸੀ ਚੀਜ਼ਾਂ ਸਕਰੀਨ ਤੇ ਤਾਂ ਪ੍ਰੇਸ਼ ਕਰਦੇ ਨੇ ਤਾਂ ਉਹ ਕੁਝ ਨਾ ਕੁਝ ਇਨਸਪਾਇਰ ਕਰਦਾ ਆ ਕਿ ਮੈਂ ਵੀ ਹੁਣ ਕਾਮੇਡੀ ਕਰ ਲਾਂ ਮੈਨੂੰ ਜੈਨੂਇਨਲੀ ਬਹੁਤ ਸ਼ੌਂਕ ਆ ਕਾਮੇਡੀ ਦਾ ਲੈਜਿਟ ਬਹੁਤ ਸ਼ੌਂਕ ਆ ਮੈਨੂੰ ਤੇ ਮੈਂ ਉਹ ਦਿਨ ਵੀ ਕਿਸੇ ਨੂੰ ਕਹਿ ਰਹੀ ਸੀ ਕਿ ਮੈਂ ਇੰਡੀਆ ਚ ਮੈਨੂੰ ਲੱਗਾ ਕਿ ਜਿਵੇਂ ਦੀ ਕਾਮੇਡੀ ਸ਼੍ਰੀ ਦੇਵੀ ਕਰਦੇ ਸੀ ਨਾ ਜਿਵੇਂ ਚਾਲਬਾਜ਼ ਹੋ ਗਿਆ ਨਾ ਉਹ ਕਿਸੇ ਵੀ ਫਿਲਮ ਦਾ ਮਤਲਬ entertain ਕਰਦੇ ਸੀ ਤੁਹਾਨੂੰ ਹੈਨਾ this is just always there ਤੇ ਹਾਲੀਵੁੱਡ ਚ ਮੇਲिसा ਮਕਾਰਥੀ ਹੈਨਾ ਮੈਂ ਉਹਨਾਂ ਨੂੰ ਬਹੁਤ ਫੋਲੋ ਕਰਦੀ ਆ ਸੋ ਆਈ ਵਨ ਡੇ ਵਾਂਟ ਟੂ ਰੀਚ ਮੇਲिसा ਮਕਾਰਥੀ ਲੈਵਲ ਆਈ ਲਵ ਹਰ ਐਬਸੋਲੂਟਲੀ ਲਵਰ ਇਨ ਫੈਕਟ ਜ਼ੈਡ ਦੀ ਫਿਲਮ ਚ ਇੱਕ ਸੀਨ ਸੀ ਗੱਡੀ ਚ ਜਿੱਥੇ ਮੇਰਾ ਇੱਕ ਕੋਈ ਪੰਜ ਸੀ ਤੇ ਮੈਂ ਕਦੇ ਪੰਚੇਸ ਬੋਲੇ ਨਹੀਂ ਮੈਂ ਪੰਚਾਲੀ ਕਦੇ ਕਾਮੇਡੀ ਕੀਤੀ ਨਹੀਂ ਹੈਨਾ ਤੇ ਮੈਂ ਬੀ ਐਨ ਜੀ ਨੂੰ ਕਿਹਾ ਮੈਂ ਕਿਹਾ ਕੈਨ ਯੂ ਹੈਲਪ ਮੀ ਹੈਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਐਂ ਕਰਕੇ ਫਿਰ ਐਂ ਕਰਕੇ ਭੇਜੇ ਹੈਨਾ ਕਿ ਸੈਡ ਗੱਲ ਤੋਂ ਫਿਰ ਖੁਸ਼ੀ ਵਾਲੀ ਗੱਲ ਹੈ ਹੈਨਾ बाई गॉड मेरे ख्याल से मैं बत्ती पहनती टेक ले रियली पहनती टेक तो बात बीएनजी कहते तू तो जीता कर रहा है उधर कर रहा है मैं बीएनजी बल देख के मैं क्या नहीं, हो जाएगा पुत्र जी ऐसे लेट्स ट्राई वन मोर ऐसे हो जाएगा बट सरगुन तुझे कॉमेडी की थी कॉमेडी सर्कस तक कीता यार लाइक like, ਮੈਨੂੰ ਹਜੇ ਵੀ ਨਾ ਮੈਂ ਕਦੇ ਕਦੇ ਨਾ ਐਵੇਂ ਕੱਢ ਕੇ ਵੀਡੀਓਜ਼ ਦੇਖ ਲੈਂਦਾ ਕਿ ਉੱਥੇ ਸਰਗਨ ਕੀ ਕਰਦੀ ਹੁੰਦੀ ਸੀਗੀ ਡਿ ਯ ਰਿਮੈਂਬਰ ਦੈਟ ਟਾਈਮ ਮੈਂ ਤਾਂ ਬਹੁਤ ਲੋਕੀ ਟੈਗ ਕਰਦੇ ਬਤਾਉਣ ਉਹ ਵੀਡੀਓਜ਼ ਜਿਦੇ ਵਿੱਚ ਮੈਂ ਅਮੀਸ਼ਾ ਪਟੇਲ ਬਣੀ ਆ ਕੋਹ ਨਾ ਪਿਆਰੇ ਜਿਦੇ ਵਿੱਚ ਮੈਂ ਅਮੇਤਾ ਬਚਨ ਬਣੀ ਆ ਬਹੁਤ ਅਜੀਬ ਜਿਬ ਕੰਮ ਕਰਾਇਆ ਮੇਰੇ ਤੋਂ ਬਟ ਉੱਥੇ ਕੀ ਹੁੰਦਾ ਕਿ ਉੱਥੇ ਪੰਚ ਜਿਹੜੇ ਆ ਉਹ ਕਪਿਲ ਦੇ ਕੋਲ ਹੁੰਦੇ ਆ ਯੂ ਆਰ ਦ ਵਾਲ ਹੈਨਾ ਤਾਂ ਉਹ ਤੁਹਾਡੇ ਤੇ ਪੰਚ ਸੈਟ ਰਿਹਾ ਤੇ ਤੁਸੀਂ ਉਹਦੇ ਤੇ ਰਿਐਕਟ ਕਰ ਰਹੇ ਹੋ ਤਾਂ ਉਹਨਾਂ ਦਾ ਰਿਐਕਸ਼ਨ ਮੈਂ ਉੱਥੇ ਸਿੱਖੀ ਤਾਂ ਇਹ ਗੱਲ ਮੈਂ ਮੰਨਦੀ ਆ ਕਿ ਮੈਂ ਕਾਮੇਡੀ ਦਾ ਰਿਐਕਸ਼ਨ ਵਰਜਨ ਸਿੱਖ ਗਈ ਸੀ ਇਸ ਕਰਕੇ ਸ਼ਾਇਦ ਮੈਂ ਆ ਫਿਲਮ ਪਿਕ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਰਿਐਕਸ਼ਨ ਆਉਂਦਾ ਬਟ ਕਰਨੀ ਨਹੀਂ ਆਉਂਦੀ ਮੈਂ ਪਰਸਨਲੀ ਵੀ ਦੇਖਿਆ ਹੈ ਲਾਈਕ ਮੈਂ ਆਈ ਥਿੰਕ ਗਿੱਪੀ ਦੀ ਜਰਨੀ ਬਹੁਤ ক্লোਜ਼ਲੀ ਅਬਜ਼ਰਵ ਕੀਤੀ ਹੈ ਕਿਉਂਕਿ ਕੈਰੀਅਨ ਜੱਟਾ 1 ਤੋਂ ਲੈ ਕੇ ਜਦੋਂ ਮੈਂ ਹੁਣੇ ਯਾਰ ਮੇਰਾ ਤਿਤਲੀਆਂ ਵਰਗਾ ਦੇਖੀ ਸੀ ਮੈਂ ਆਪ ਐਜ਼ ਐਨ ਐਕਟਰ ਉਹਨਾਂ ਦੀ ਕਾਮੇਡੀ ਟਾਈਮਿੰਗ ਚ ਗਰੋਥ ਦੇਖੀ ਆ ਬਿਲਕੁਲ ਹੈ ਨਾ ਥੈਟ ਹੀਜ਼ ਬਿਕਮ ਮੋਰ ਲਾਈਕ ਉਹਨਾਂ ਦੇ ਪੰਜਸ ਲੈਂਡ ਕਰ ਰਿਹਾ ਉਹਨਾਂ ਦੀਆਂ ਗੱਲਾਂ ਲੈਂਡ ਕਰ ਰਹੀਆਂ ਉਹਨਾਂ ਨੂੰ ਪਤਾ ਕਿੱਥੇ ਕੀ ਬੋਲਣਾ ਹੈ ਕਿੱਥੇ ਹੋਲਡ ਕਰਨਾ ਹੈ ਨਾ ਮੈਂ ਪਤਾ ਨਹੀਂ ਕਿਹਦੇ ਨਾਲ ਡਿਸਕਸ ਕਰ ਰਹੀ ਸੀ ਉਹਨਾਂ ਨੇ ਵੀ ਉੱਥੇ ਕਿਹਾ ਕਿ ਇਹ ਗਿੱਪੀ ਕਿੰਨਾ ਵਧੀਆ ਹੋ ਗਿਆ ਕਾਮੇਡੀ ਚ ਹੈ ਨਾ ਕਹਿੰਦੇ ਹੋਲਡ ਕਰਨ ਲੱਗ ਪਿਆ ਹੁਣ ਉਹ ਬਹੁਤ ਵਧੀਆ ਕਰਨ ਲੱਗ ਪਿਆ ਆਈ ਰੈਲਾਈਜ਼ ਦੈਟ ਇਟਸ ਓਨਲੀ ਵਿਦ ਟਾਈਮ ਉਹ ਕਰਦੇ ਰਹਿਣਾ ਪਊਗਾ ਕਦੇ ਕਦੇ ਯੂ ਵਿਲ ਫਾਲ ਫਲੈਟ ਔਨ ਦ ਫੇਸ ਨਹੀਂ ਵਰਕ ਕਰੂਗਾ ਬਟ ਯੂ ਹੈਵ ਟੂ ਬੀ ਓਕੇ ਵਿਦ ਇਟ ਜਦੋਂ ਇੱਕ ਐਕਟਰ ਅਕਨੋਲਜ ਕਰਦਾ ਹੈ ਕਿ ਮੈਂ ਇਸ ਚੀਜ਼ ਤੇ ਕੰਮ ਕਰਨਾ ਹੈਗਾ ਬਹੁਤ ਸਾਰੇ ਲੋਕ ਐਕਸੈਪਟ

ਹੈ ਨਾ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਨੂੰ ਆਪਣੀ ਥਾਂ ਬਣਾਣਾ ਔਖਾ ਹੈ ਸਾਈਡ ਇੰਡਸਟਰੀ 'ਚ ਖਾਸ ਤੌਰ ਤੇ ਹੈ ਨਾ ਇੱਕ ਫਿਲਮ ਆਈ ਲੋਕਾਂ ਨੇ ਪਿਆਰ ਦਿੱਤਾ ਦਨ ਜਿਹੜੇ ਨਾਨ ਸਿੰਗਰਸ ਨੇ ਟੋਟਲੀ ਗੈਪ ਆਂਦਾ ਹੈ ਦਨ ਯੂ ਸੱਡਨਲੀ ਕਮ ਆਊਟ ਉਹ ਗੈਪ ਦੇ ਵਿੱਚ ਬੰਦਾ ਆਪਣੇ ਆਪ ਨੂੰ ਕਿਵੇਂ ਹਾਈਲਾਈਟਡ ਰੱਖਦਾ ਇਹ ਇਹ ਮੁਸ਼ਕਲ ਟਾਸਕ ਬਣਿਆ ਹੋਇਆ ਸੋਨਮ ਨੇ ਇੱਕ ਵਾਰੀ ਕਿਹਾ ਸੀਗਾ ਕਿ ਆਪਣੇ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਐਕਟਿਵ ਹੋ ਜੋ ਕਿ ਮੈਂ ਹਜੇ ਤੱਕ ਨਹੀਂ ਹੋ ਪਾਇਆ ਮੇਰੇ ਤੋਂ ਪਤਾ ਨਹੀਂ ਹੋਇਆ ਨਹੀਂ ਜਾਂਦਾ ਜਾਂ ਮੈਂ ਉਦਾਂ ਦਾ ਹੈ ਨਹੀਂਗਾ ਲਾਈਕ ਜਿਵੇਂ ਕਿਤੇ ਗਿਆ ਵੀ ਆਂ ਜਾਂ ਕੁਝ ਕਰ ਰਿਹਾ ਮੇਰੇ ਦਿਮਾਗ ਚ ਵੀ ਨਹੀਂ ਆਉਂਦਾ ਕਿ ਮੈਂ ਉਹਨੂੰ ਰਿਕਾਰਡ ਕਰਕੇ ਜਾਂ ਸ਼ੇਅਰ ਕਰਾਂ ਵਿਦ ਫੈਨਸ অর ਯੂ نو ਆ ਇੱਕ ਚੀਜ਼ ਹੈ ਜਿਸ ਨਾਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਵਾਰ-ਵਾਰ ਕਿਉਂਕਿ ਫਿਲਮਾਂ ਤੁਸੀਂ ਕਿੰਨੀਆਂ ਕਰ ਲੋਗੇ ਇੱਕ ਸਾਲ ਚ ਤੁਸੀਂ ਵਤ ਤੋਂ ਵਤ ਕਿੰਨੀਆਂ ਕਰ ਲੋਗੇ ਹਨ ਸਿੰਗਿੰਗ ਚ ਇਹੀ ਥੋੜਾ ਜਿਹਾ ਐਡਵਾਂਟੇਜ ਹੋ ਜਾਂਦਾ ਹੈ ਕਿ ਬਿਕੋਜ਼ ਸਿੰਗਲਸ ਆਉਂਦੇ ਆ ਉਹਨਾਂ ਦੇ ਫੈਨ ਬੈਲਟ ਆਲਰੇਡੀ ਇਨੀ ਸਟਰੋਂਗ ਹੋ ਗਈ ਹੁੰਦੀ ਹੈ ਵਾਰ-ਵਾਰ ਦਿਖਦੇ ਆ ਉਹ ਇੱਕ ਐਡਵਾਂਟੇਜ ਜ਼ਰੂਰ ਰਹਿੰਦਾ ਬਟ ਦੈਨ ਅਗੇਨ ਕੌਨਫੀਡੈਂਸ ਹੋਣਾ ਚਾਹੀਦਾ ਮੇਰੇ ਚ ਆਏਗਾ ਸੋਸ਼ਲ ਮੀਡੀਆ ਦੇ ਮਾਮ ਉਹ ਅੱਜ ਲਾਈਕ ਫਿਲਮ ਆਉਣ ਵਾਲੀ ਹੋਵੇ ਉਸ ਟਾਈਮ ਤਾਂ ਮੈਡਮ ਕਮਾਲ ਕਰਦੇ ਨੇ ਲੇਕਿਨ ਉਸ ਤੋਂ ਅਲਾਵਾ ਵੀ ਗਾ ਪਾ ਕੇ ਰੱਖਦੇ ਨੇ ਸਰਗੁਨ ਉਹਨੇ ਲਾਈਫ ਸਟਾਈਲ ਦਾ ਹਿੱਸਾ ਬਣ ਗਿਆ ਪਹਿਲਾਂ ਮੈਨੂੰ ਲੱਗਦਾ ਇੱਕ ਟਾਸਕ ਲੱਗਦਾ ਸੀ ਇਵੈਂਚੁਅਲੀ ਲਾਈਫ ਸਟਾਈਲ ਦਾ ਹਿੱਸਾ ਬਣ ਗਿਆ ਹੁਣ ਵੀ ਮੈਨੂੰ ਟਾਸਕ ਹੀ ਲੱਗਦਾ ਸੀਰੀਅਸਲੀ ਮੈਂ ਇਸ ਵਰਕ ਕਰਦੀ ਆ ਸੋਸ਼ਲ ਮੀਡੀਆ ਬਟ ਯੂ ਆਲਸੋ ਸੋਸ਼ਲ ਮੀਡੀਆ ਨੇਵਰ ਲੁੱਕਸ ਲਾਈਕ ਬਟ ਕਦੇ ਲੱਗਦਾ ਨਹੀਂ ਹੈ ਨਾ ਇਦਾਂ ਜ਼ਰੂਰ ਮੈਂ ਹੁਣ ਸੋਚਣ ਲੱਗ ਜਾਣਾ ਵੈਸੇ ਹਾਂ ਇਟਸ ਲਾਈਕ ਆਈ نو ਆਈ ਟੇਕ ਇਟ ਐਸ ਵਰਕ ਮੈਨੂੰ ਪਤਾ ਨਹੀਂ ਹੋਰ ਕੀ ਕਿਵੇਂ ਕਰਾਂ ਉਹਨੂੰ ਹੈਵ मैं Ed कर दी नहीं पर क्यों करना है मैं के मैं एक नहीं, नहीं नहीं, नहीं मैं काम नंबर तो ब्रेक ही क्योंकि नहीं मैं पीछे से गुरनाम दी देखी थी स्टोरी कि आई एम टेकिंग अ ब्रेक वो चार दिन बाद फिर स्टोरी पे गई मैं कह रहा था वापस आ गया मैं बिकॉज़ उन्होंने एज वर्क ट्रीट कर दिए हैं इस कारण कि मैं उतो ब्रेक नहीं लेती इट्स नॉट माय लेजर जी तो मैं ब्रेक लवा या हैबिट हां मैं उधर से लाया 30 मिनट्स का टाइमर उठ आ जाता है योर टाइम इज अप फॉर टुडे और बाद में Instagram पे नहीं जा सकती वो तो बंद भी हो जाता है 30 मिनट्स अच्छा उस तो अलावा उस टाइम स्पेंड करते हैं ਪਾਵੇਂ ਤੋਂ ਦੇਖਣ ਵਾਲੇ 24 ਘੰਟੇ ਲਾ ਰਹੇ ਹੋਣ ਹੋਂ ਤੇ ਪਤਾ ਪ੍ਰੋਬਲਮ ਕੀ ਆ ਕਿ ਸਵੇਰੇ ਉਠੋ ਇੰਸਟਾਗ੍ਰਾਮ ਲਾ ਲਓ ਤੁਹਾਡਾ ਟਾਈਮ ਕਿੱਥੇ ਉੱਡ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਦੁਪਹਿਰੇ ਲਾ ਲਓ ਸ਼ਾਮ ਨੂੰ ਲਾ ਲਓ ਮੈਂ ਜਿੱਥੇ ਬੈਠੂਗੀ ਤੁਸੀਂ ਇੰਸਟਾਗ੍ਰਾਮ ਖੋਲੋਗੇ ਜੇ ਤੁਹਾਨੂੰ ਪਤਾ ਹੋਊਗਾ ਕਿ ਦਿਨ ਚ ਅੱਧਾ ਘੰਟਾ ਦੇਣਾ ਉਹਨੂੰ ਦੈਨ ਇਟਸ ਲਾਈਕ ਵਰਕ ਨਾ ਉਹਨੂੰ ਕਿੰਨਾ ਵੀ ਟਾਈਮ ਖਰਾਬ ਕਰ ਲੋ ਉੱਤੇ ਕੁਛ ਮਿਲਣਾ ਤਾਂ ਹੈ ਨਹੀਂ ਇਸੇ ਕਰਕੇ ਉਹ ਚੀਜ਼ਾਂ ਪੋਸੀਬਲ ਹੋ ਰਹੀਆਂ ਨੇ ਜਿਹੜੀ ਮੈਂ ਤੁਹਾਡੇ ਸੈੱਟ ਤੇ ਸੁਣਿਆ ਸੀਗਾ ਮੈਂ ਤੁਹਾਡੇ ਰੀਸੈਂਟਲੀ ਸੈੱਟ ਉਡਾਰੀਆਂ ਤੇ ਗਿਆ ਸੀਗਾ ਸ਼ੂਟ ਚੱਲ ਰਿਹਾ ਸੀ ਉੱਥੇ ਨਾ ਅਸੀਂ ਲਾਈਕ ਬ੍ਰੇਕ ਦੇ ਵਿੱਚ ਮੈਂ ਤੁਹਾਡੇ ਐਕਟਰਸ ਨਾਲ ਗੱਲ ਕਰ ਰਿਹਾ ਸੀ ਉਹਨੇ ਇੱਕ ਬਹੁਤ ਅੱਛਾ ਕੰਪਲੀਮੈਂਟ ਦਿੱਤਾ ਕਹਿੰਦੇ ਐਦਾਂ ਨਹੀਂ ਹੈਗਾ ਕਿ ਸਰਗੁਨ ਆਪਣੀ ਫਿਲਮ ਸ਼ੂਟ ਕਰ ਰਹੀ ਹੈ ਉਹਦੀ ਪ੍ਰੋਮੋਸ਼ਨ ਚੱਲ ਰਹੀ ਹੈ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਸੋਚ ਕੀ ਹੋ ਰਿਹਾ ਹੈ ਯਾਨੀ ਸ਼ੀ ਵਾਚ she watched every episode she's amazingly present writing the witch involved everything is happening that women twinkle she wanted to ask ਕਿ ਕਿਵੇਂ ਕਰ ਲੈਨੇ ਤੁਸੀਂ ਹਾਊ ਇਸ ਇਸ ਹੈਪਨਿੰਗ ਬਿਕੋਜ਼ ਬਹੁਤ ਸਾਰੇ ਲੋਕਾਂ ਤਾਂ ਮੈਂ ਕਹਾਂ ਮਿੱਤੋ ਆਪਣੀ ਨੌਕਰੀ ਤੋਂ ਇਲਾਵਾ ਕੋਈ ਹੋਰ ਕੰਮ ਕਰਨ ਨੂੰ ਕਹਿ ਦੋ ਨਹੀਂ ਹੁੰਦਾ ਬਟ ਯੂ ਆ ਡੂਇੰਗ 1 2 3 5 ਜੌਬਸ ਸਾਈਮਲਟੇਨियसਲੀ ਇਹਨਾਂ ਦੇ ਥੋੜੇ ਦੇ ਪਾਲ ਪਿੱਛੇ ਕਰਕੇ ਦੇਖੋ ਸ਼ਾਇਦ ਉਹਨਾਂ ਨੇ ਕਾਲ ਨਾ ਲੱਗੀ ਹੋਵੇ ਕਿਤੇ 에어ਪੋਰਟ ਨਾ ਹੋਵੇ ਕੰਚ ਮੇਰੇ ਨਾਲ ਪਰਸਨਲੀ ਹੋ ਚੁਕਿਆ ਹੈ ਮੈਂ ਤਿੰਨ ਚਾਰ ਵਾਰ ਗੱਲ ਕੀਤੀ ਉਹਨਾਂ ਨੇ ਜਵਾਬ ਦਿੱਤਾ ਮੈਂ ਕਿਹਾ ਤੇ ਗੱਲ ਨਹੀਂ ਬਣ ਰਹੀ ਮੈਂ ਪੁੱਛਿਆ ਕੁਝ ਹੋ ਰਿਹਾ ਬੜੇ ਫੋਨ ਤੇ ਸੀਰੀਅਸਲੀ ਇਹੀ ਚੱਲਦਾ ਰਹਿੰਦਾ ਇਹ ਤਾਂ ਮੈਂ ਹਾਊ ਇਸ ਇਸ ਹੈਪਨਿੰਗ ਬਿਕੋਜ਼ ਲਾਈਕ ਹੌਣ ਫ

ਆ ਮੀਨ ਤੁਸੀਂ ਇੱਕ ਵਾਰੀ ਸੈੱਟ ਤੇ ਜਾਂਦੇ ਹੋ ਕਦੇ ਤੁਹਾਡਾ ਦਿਨ 'ਚ ਇੱਕ ਸੀਨ ਹੁੰਦਾ ਹੈ ਕਦੇ ਤੁਹਾਡਾ ਦਿਨ 'ਚ ਦੋ ਸੀਨ ਹੁੰਦੇ ਆ ਓਕੇ ਫਿਲਮਾਂ ਜਿਵੇਂ ਉਹਨੇ ਕਿਹਾ ਕਿ ਕਿੰਨੀਆਂ ਹੀ ਕਰ ਲੋਗੇ ਦੋ ਕਰ ਲੋਗੇ ਤਿੰਨ ਕਰ ਲੋਗੇ ਹੈਨਾ ਚਲੋ ਮੈਂ ਲਾ ਲਿਆ 120 ਦਿਨ ਬਿਜ਼ੀ ਹੋਗੇ ਤੁਸੀਂ ਸਾਲ 'ਚ ਬਾਕੀ ਦਿਨ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਨਾ ਆਪ ਪ્યોਰ ਸੋਸ਼ਲ ਮੀਡੀਆ ਗੇਮ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਦੇ ਤਿੰਨ ਹੋਰ ਪੋਸਟ ਪਾ ਲਏ ਫਿਰ ਕੀ ਕਰੋਗੇ ਜਿਹੜਾ ਸਾਡਾ ਸੁਰ ਹੈ ਐਜ਼ ਐਕਟਰਸ ਐਜ਼ ਕ੍ਰੀਏਟਿਵ ਪੀਪਲ ਉਹਨੂੰ ਰਿਫਾਈਨ ਕਰਨ ਲਈ ਤੁਹਾਨੂੰ ਕਨਸਟੈਂਟਲੀ ਉੱਤੇ ਕੰਮ ਕਰਨਾ ਪੈਂਦਾ ਜਦੋਂ ਮੈਂ ਆਪਦਾ ਸੀਰੀਅਲ ਲਿਖਦੀ ਆ ਤਾਂ ਆਮ ਵਰਕਿੰਗ ਔਨ ਇਟ ਮੈਨੂੰ ਨਹੀਂ ਪਤਾ ਮੇਰੇ ਕਦੋਂ ਕੰਮ ਆ ਜਾਊਗਾ ਮੇਰੀ ਆਪ ਦੀ ਲਾਈਫ ਚ ਮੇਰੇ ਆਪ ਦੇ ਐਜ਼ ਐਨ ਐਕਟਰ ਕੈਰੀਅਰ ਚ ਹੈ ਨਾ ਕਦੇ-ਕਦੇ ਕੁਝ ਫਿਲਮਾਂ ਹੁੰਦੀਆਂ ਜਿੱਥੇ ਯੂ ਆਰ ਐਬਸੋਲੂਟਲੀ ਲੋਸਟ ਸਾਰੇ ਲੋਸਟ ਹੋ ਜਾਂਦੇ ਤੁਸੀਂ ਸੋਚ ਕੇ ਕੁਝ ਹੋਰ ਆਉਂਦੇ ਹੋ ਕਰ ਕੁਝ ਹੋਰ ਲੈਣੇ ਹੋ ਉੱਥੇ ਤੁਹਾਡਾ ਸਕਿੱਲ ਕਮ ਆਉਂਦਾ ਫਿਰ ਕਿ ਚਲੋ ਹੁਣ ਬਹੁਤ ਵਧੀਆ ਭਾਵੇਂ ਨਾ ਬਣੇ ਬਟ ਘਟੋ-ਘਟ ਇਹਨੂੰ ਸਮੇਟ ਕੇ ਆਪਾਂ ਇੱਕ ਵਧੀਆ ਵਰਜਨ ਚ ਲੈ ਕੇ ਆ ਸਕਦੇ ਹਾਂ ਜਦੋਂ ਤੁਹਾਡਾ ਸੀਨ ਨਹੀਂ ਆ ਕੁਝ ਤਾਂ ਕਰਨਾ ਹੀ ਆ ਕੀ ਕਰਦੇ ਸੌਣੇ ਗੱਲਾਂ ਕਰਦੇ ਆ ਗੋਸਪ ਕਰਦੇ ਆ ਇੰਸਟਾਗ੍ਰਾਮ ਤੇ ਹੁੰਨੇ ਆ ਉਹ ਸਾਰਾ ਕੁਝ ਨਾ ਕਰਕੇ ਮੈਂ ਸਟੋਰੀ ਤੇ ਬਹਿ ਜਾਨੀ ਆ देयर इज ਅ ਟਾਈਮ ਔਮਨ ਕੇਮ ਇਨਟੂ ਬਿਜ਼ਨਸ ਉਹ ਕੰਮ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਕੋਈ ਕਹਿੰਦੇ ਹਾਂਜੀ ਕੁੜੀਆਂ ਵੀ ਉਹਨਾਂ ਕੰਮ ਕਰਨ ਲੱਗੀਆਂ ਬਟ ਵੈਨ ਔਮਨ ਕੇਮ ਟੂ ਲੀਡ ਦ ਬਿਜ਼ਨਸ ਉਸ ਟਾਈਮ ਤੁਹਾਨੂੰ ਕੀ ਲੱਗਦਾ ਕੀ ਬਿਹਤਰ ਹੋਇਆ ਆਈ ਨਹੀਂ ਮੈਨੂੰ ਪਤਾ ਕਿ ਸਾਡੇ ਜਿਹੇ ਤੇ ਮੁੰਡਿਆਂ 'ਚ ਕੀ ਫਰਕ ਆ ਫ੍ਰੈਂਕਲੀ ਆਈ ਥਿੰਕ ਜਸਟ ਮੈਨੂੰ ਨਹੀਂ ਲੱਗਦਾ ਕਿ ਕੋਈ ਐ ਫਰਕ ਆ ਕਿ ਕੁੜੀ ਕਰੂਗੀ ਤਾਂ ਐ ਕਰੂਗੀ ਮੁੰਡਾ ਕਰੂਗਾ ਤਾਂ ਐ ਕਰੂਗਾ ਮੈਨੂੰ ਲੱਗਦਾ ਸਿਰਫ ਇੰਟੈਂਟ ਦਾ ਫਰਕ ਹੁੰਦਾ ਇਟਸ ਨਾਟ ਜੈਂ ਇਟਸ ਇੰਟੈਂਟ ਸਪੈਸੀਫਿਕ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਕਿਸ ਇੰਟੈਂਟ ਨਾਲ ਕਰ ਰਹੇ ਹੋ ਦੈਟਸ ਅਬਾਊਟ ਇਟ ਉਹਦਾ ਕੋਈ ਜੈਂਡਰ ਸਪੈਸੀਫਿਕੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਅਮਰਿੰਦਰ ਗਿੱਲ ਕੈਨ ਡੂ ਦ ਜੌਬ ਐਸ ਵੈਲ ਐਜ਼ ਆਈ ਕੈਨ ਡੂ ਐਂਡ ਆਈ ਕੈਨ ਡੂ ਦ ਜੌਬ ਐਸ ਵੈਲ ਐਜ਼ ਅਮਰਿੰਦਰ ਗਿੱਲ ਕੈਨ ਡੂ ਉਹਦੇ ਚ ਕੋਈ ਫਰਕ ਨਹੀਂ ਆਈ ਕੈਨ ਡੂ ਦ ਸੇਮ ਥਿੰਗ ਜੋ ਗਿੱਪੀ ਕਰ ਰਹੀ ਐਂਡ ਗਿੱਪੀ ਕੈਨ ਡੂ ਦ ਸੇਮ ਥਿੰਗ ਜੋ ਮੈਂ ਕਰ ਰਹੀ ਹਾਂ ਬਸ ਸਾਡਾ ਇੰਟੈਂਟ ਕੀ ਹੈ ਉਸ ਕੰਮ ਦੇ ਲਈ ਉਹ ਫਰਕ ਬਿਲਕੁਲ ਤੇ ਅਜੇ ਜਦਨਾ ਲਾਈਕ ਐਕਟਰਸ ਤੋਂ ਦੇ ਆਸ-ਪਾਸ ਐਨ ਇਨਸਪਾਇਰਿੰਗ ਹੁੰਦੇ ਨੇ ਮੈਂ ਹਮੇਸ਼ਾ ਨਾ ਸਰਗੁਨੂ ਕੈਨ ਆ ਆਫ ਕੈਮਰਾ ਇਹ ਹੱਸ ਕੇ ਟਾਲ ਦਿੰਦੀ ਹੈ ਬਟ ਆਈ ਆਲਵੇਸ ਟੈਲ ਕਿ ਯੂ ਇਨਸਪਾਇਰ ਨੰਬਰ ਆਫ ewomen ਨੰਬਰ ਆਫ ਓਵਰਆਲ ਪੀਪਲ ਹੈ ਨਾ ਹਾਂ ਉਹੀ ਉਹੀ ਕਹਿ ਰਹਾ ਕਿ ਪੀਪਲ ਸਾਰਿਆਂ ਨੂੰ ਇੰਨਾ ਤੁਸੀਂ ਇਨਸਪਾਇਰ ਕਰ ਰਹੇ ਹੋ ਵਟ ਇਜ਼ ਅ ਕਾਈਂਡ ਆਫ ਇੰਸਪੀਰੇਸ਼ਨ ਯੂ ਹੈਵ ਗਾਟਨ ਫ্রম ਆਲ ਦਾ ਐਕਟਰਸ ਜਿਹੜੇ ਤੁਹਾਡੇ ਨਾਲ ਰਹੇ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਖਾਸ ਕਰਕੇ ਸਰਗੁਨ ਮੈਂ ਪਹਿਲਾਂ ਵੀ ਇਹ ਕਹਿਆ ਹੈ ਜਿੰਨਾ ਮਲਟੀਟਾਸਕ ਕਰਦੇ ਹੈ ਇਹ ਆਈ ਸਟਰੋਂਗਲੀ ਬਿਲੀਵ ਜਿਵੇਂ ਗਿੰਦੇ ਕਿ ਕੁੜੀਆਂ ਵੱਧ ਕਰ ਸਕਦੀਆਂ ਮਲਟੀਟਾਸਕ ਮੁੰਡਿਆਂ ਤੋਂ ਮੈਂ 100% ਅਗਰੀ ਕਰਦਾ ਇਹ ਚੀਜ਼ ਤੋਂ ਬਹੁਤ ਹੈ ਕਿ ਮੈਂ ਸਿਰਫ ਜੇ ਆਪਣੀ ਲਾਈਫ ਚ ਕਦੀ ਕੰਪਲੇਨਟ ਕਰਾਂ ਯਾਰ ਆ ਚੀਜ਼ ਦਾ ਮੇਰੇ ਕੋ ਨਹੀਂ ਟਾਈਮ ਹੈਗਾ ਤੇ ਫਿਰ ਜੇ ਮੈਂ ਇੱਧਰ ਸੋਚਾਂ ਫਿਰ ਮੈਨੂੰ ਉਹ ਛੋਟਾ ਲੱਗਦਾ ਹੈ ਕਿ ਬਈ ਟਾਈਮ ਹਰ ਚੀਜ਼ ਲਈ ਹੁੰਦਾ ਇਟਸ ਜਸਟ ਕਿ ਤੁਸੀਂ ਕਿਦਾਂ ਉਸ ਚੀਜ਼ ਨੂੰ ਮੈਨੇਜ ਕਰਦੇ ਹੋ ਸੋ ਮੈਂ ਆਈ ਰੀਲੀ ਅਪਰੀਸ਼ੀਏਟ ਤੇ ਲੁੱਕ ਅਪ ਟੂ ਹਰ ਸਗਨ ਮਲਟੀਟਾਸਕਿੰਗ ਦੇ ਕੁਝ ਨੁਕਸਾਨ ਹੈ ਕਿ ਨਹੀਂ ਹਾਂ ਮੈਂਟਲ ਨੁਕਸਾਨ ਕਦੇ ਕਦੇ ਆਂ ਲੱਗਦਾ ਸਿਰ ਫੱਟੋ ਨਾਲ ਹੈ ਜੈਨੂਇਨਲੀ ਉਹ ਮੈਨੂੰ ਮੂਡੀ ਕਰ ਦਿੰਦਾ ਬਹੁਤ ਜ਼ਿਆਦਾ ਕਦੇ ਕਦੇ ਕੁਝ ਦਿਨ ਇਹੋ ਜਿਹੇ ਹੁੰਦੇ ਆ ਜਿੱਤੇ ਹਰ ਪਾਸੋਂ ਪ੍ਰੈਸ਼ਰ ਦਾ ਵੱਧ ਜਾਂਦਾ ਨਾ ਤੁਹਾਨੂੰ ਲੱਗਦਾ ਤੁਹਾਡਾ ਦਿਮਾਗ ਫੱਟ ਜਾਊਗਾ ਨਾ ਕੁਝ ਸਾਡੇ ਸਮਝ ਨਹੀਂ ਆਉਂਦਾ ਜਦੋਂ ਕੋਈ ਬਹੁਤ ਹਾਸਿਆ ਵਾਲੇ ਸੀਨ ਜੈਂਟਰ ਕਰਨਾ ਹੋਵੇ ਨਾ ਦੈਨ ਆ ਹਵ ਟੂ ਡਿਸਕਨੈਕਟ ਉਹਨੇ ਪ੍ਰੈਸ਼ਰ ਤੋਂ ਬਿਕੋਜ਼ ਉਹਨੇ ਪ੍ਰੈਸ਼ਰ ਨਾਲ ਤੁਸੀਂ ਇੱਕ ਹਾਸਿਆ ਵਾਲੇ ਸੀਨ 'ਚ ਨਹੀਂ ਜਾ ਸਕਦੇ ਇਸ ਸੈਟ ਨੂੰ ਤੋਂ ਸਾਊਥ ਹਾਲ ਚ ਤੋਂ ਹੋਇਆ ਹੋਏਗਾ ਕੋਈ 1-2 ਦਿਨ ਹੋਇਆ ਹੋਊਗਾ ਬਾਕੀ ਦਿਨ ਆ অলਮੋਸਟ ਮੈਨੇਜਡ ਕੁਝ ਦਿਨ ਹੁੰਦੇ ਆ ਨਾ ਕਿ ਐਸ ਸ਼ੋ ਦਾ ਵੀ ਪ੍ਰੈਸ਼ਰ ਪੈ ਗਿਆ ਉਹ ਸ਼ੋ ਦਾ ਵੀ ਪ੍ਰੈਸ਼ਰ ਪੈ ਗਿਆ ਹੁੰਦਾ ਹੈ ਕਿ ਕਦੇ 4-5 ਚੀਜ਼ਾਂ ਦਾ ਪ੍ਰੈਸ਼ਰ ਪੈ ਜਾਂਦਾ ਹੈ ਬਟ ਉਹ ਦਿਨ ਬਹੁਤ ਆਕ੍ਰਿ। ਫਿਰ ਉਹ ਜੇ ਉਹ ਪ੍ਰੈਸ਼ਰ ਜਬ ਬਹੁਤ ਵੱਧ ਆਇਆ ਇਸ ਸਰਗੁਨਾ ਕਰਨੀਏ ਰੋਕ ਜੋ ਯਾ ਉਸਕੀ ਕੀ ਹੁੰਦਾ ਹੈ? ਨਹੀਂ ਨਹੀਂ ਮੇਰੀ ਟੀਮ ਤੋਂ ਉਹ ਚੋ ਪਿਚਾਰਾ ਰੋਂਦੇ ਨਾਲ ਲਾਉਂਦੇ ਮੈਨੂੰ ਕੁਝ ਵਦਿਆ ਨਹੀਂ ਲੱਗਦਾ ਫਿਰ। ਨਾ ਮੈਨੂੰ ਖਾਣਾ ਵਦਿਆ ਲੱਗਦਾ ਹੈ ਨਾ ਮੈਨੂੰ ਮੇਰਾ ਹੈਅਰ ਸਟਾਈਲ ਵਦਿਆ ਲੱਗਦਾ ਹੈ ਜਾਂ ਨਾ ਮੈਨੂੰ ਮੇਰਾ ਮੇਕਅਪ ਵਦਿਆ ਲੱਗਦਾ ਹੈ ਨਾ ਮੈਨੂੰ ਮੇਰੀ ਫਿਟਿੰਗ ਵਦਿਆ ਲੱਗਦੀ ਆ। ਉਹ ਹੁੰਦਾ ਨਾ ਕਿ ਬੰਦੇ ਦਾ ਦਿਮਾਗ ਹਰ ਪਾਸੇ ਕਰਨ ਲੱਗ ਜਾਂਦਾ। ਸੋ ਇਟਸ ਅ ਬੈਡ ਡੇ। ਐਂਡ ਹਾਊ ਡੂ ਯੂ ਮੈਨੇਜ ਇਟ? ਨੋ ਆਈ ਡੋਟ। ਐਂਡ ਵਾਟ ਇ process change on that what is your process of getting into like bahut sara comedy bahut sara hasal wasal wale scenes de vich jadon bhi main set te hai main bada nervous ho janna like not only like when i'm sharing screen space with her jid main pehla ke main वैसे ही जे मैं कल्ला भी है सीन ਕੱਲੇ ਨੇ ਵੀ ਕੁਝ ਕਹਿਣਾ ਹੈ ਜਾਂ ਨਹੀਂ ਵੀ ਕਹਿਣਾ ਮੈਨੂੰ ਨਰਵਸਨੈਸ ਹੁੰਦੀ ਹੈ ਹਰ ਸੀਨ ਤੋਂ ਪਹਿਲਾਂ ਤੇ ਉਹ ਨਰਵਸਨੈਸ ਨੂੰ ਬ੍ਰੇਕ ਕਰਨ ਲਈ ਮੈਂ ਵਾਰ-ਵਾਰ ਨਾ ਜਿਹੜਾ ਮੈਨੂੰ ਸੀਨ ਮਿਲਿਆ ਹੁੰਦਾ ਮੈਂ ਦੇਖ ਰਿਹਾ ਹੋਊਂਗਾ ਕਿ ਵਾਰ-ਵਾਰ ਉਹਨੂੰ ਪੜ੍ਹ ਰਿਹਾ ਹਾਂ ਪਰ ਮੈਂ ਆਪਣੇ ਆਪ ਨੂੰ ਸਮਝਾ ਰਿਹਾ ਹਾਂ ਕਿ ਹੌਂਸਲਾ ਰੱਖੋ ਕੁਝ ਨਹੀਂ ਹੋਊਗਾ অলਵੇਸ ਵੈਲ অলਵੇਸ ਦੋ ਕੁ ਮਾਰਾ ਕੇ ਤਾਂ ਮੈਨੂੰ ਨਵਨੀਤ ਭਾਈ ਸਾਡੇ ਡਾਇਰੈਕਟਰ ਉਹਨਾਂ ਨੇ ਆ ਕੇ ਕਹਿੰਦੇ ਯਾਰ ਅਜੇ ਮੈਨੂੰ ਦੇਖਿਆ ਇੱਕ ਸੀਨ ਤੋਂ ਪਹਿਲਾਂ ਮੈਂ ਇਦਾਂ ਪੜ ਕੇ ਨਾ ਸੀਨ ਬੈਠਾ ਕਾਫੀ ਧੇਰ ਦਾ ਉਹਨੇ ਦੋ ਤਿੰਨ ਵਾਰ ਕਰਾਸ ਕੀਤਾ ਕਿ ਮੈਂ ਹਜੇ ਵੀ ਇਦਾਂ ਹੀ ਬੈਠਾ ਉਹ

ਔਰ ਵਾਸ दैट ਲਾਈਕ बिकॉज प्रिंस ਕੇ ਜੀ ਸੇਇੰਗ ਯੈਸ ਟੂ ਸੱਚ ਕੈਰੈਕਟਰ ਜਿਹਦੇ ਵਿੱਚ ਹੀ ਇਸ ਨਾਟ ਸੇਇੰਗ ਐਨੀਥਿੰਗ ਕੁਝ ਬੋਲਣਾ ਨਹੀਂ ਹੈਗਾ ਹੈ ਨਾ ਬਟ ਸੇਇੰਗ ਯੈਸ ਦੇ ਆਈ ਸੀ ਦਸੋ ਲੰਡਨ ਗਏ ਕੁਝ ਬੰਦੇ ਨੇ ਬੋਲਿਆ ਨਹੀਂ ਸੁੱਤੇ ਸੁੱਤੇ ਪਏ ਪਏ ਬੰਦੇ ਨੂੰ ਪੈਸੇ ਮਿਲਿਆ ਅਕਾਊਂਟ ਚ ਮੈਂ ਤਾਂ ਉਹਨਾਂ ਨੂੰ ਆਹੀ ਮੇਣਾ ਮਾਰਿਆ ਅੱਛਾ ਕੀ ਆ ਬੰਦੇ ਦੀ ਜ਼ਿੰਦਗੀ ਦੇਖੋ ਮੈਂ ਕਿਆ ਇੱਕੋ ਤੇ ਹਮ ਕਪਿਲ ਸ਼ਰਮਾ ਤਾਂ ਨਹੀਂ ਮਾਰਦਾ ਹਰਜਨਾ ਭੁਰਨ ਸਿੰਘ ਨੂੰ ਕਿ ਤੁਹਾਨੂੰ ਹਸਨ ਦੇ ਪੈਸੇ ਦੇ ਬਹਿ ਕੇ ਮੈਂ ਕਿਆ ਸਾਰਾ ਕੰਮ ਅਜੀ ਕਰੀ ਜਾਏ ਤੁਹਾਨੂੰ ਤੇ ਉਸਮੈਲ ਮੈਂ ਦੇ ਵੈਸੇ ਮਿਲ ਰਹੇ ਮੈਂ ਕਿਹਾ ਬਟ ਆਈ ਥਿੰਕ ਉਸਮੈਲ ਹਰ ਸੀਨ ਦੀ ਚਮਕ ਵਧਾ ਰਹੀ ਹੈ ਹੈ ਨਾ ਵਾ ਦੇਖੋ ਹੀ ਇਸ ਜਸਟ ਪਲੇਇੰਗ ਅ ਡੈਡ ਬੋਡੀ ਉਹਨਾਂ ਦਾ ਇੱਕ ਵੀ ਡਾਇਲੋਗ ਨਹੀਂ ਨਹੀਂ ਚਾਰ ਡਾਇਲੋਗ ਹੈਗੇ ਹੈਗੇ ਸ਼ੁਰੂ ਸ਼ੁਰੂ ਜਦੋਂ ਉਹ ਜ਼ਿੰਦਾ ਹੈ ਜਦ ਤੁਸੀਂ ਜਿਉਂਦਾ ਛੱਡਿਆ ਉਹਨੂੰ ਇੰਨਾ ਇੰਪੈਕਟ ਇੱਕ ਡੈਡ ਬੋਡੀ ਤੋਂ ਕਦੇ ਸੋਚਿਆ ਸੀ ਨਹੀਂ ਇਟਸ ਨਾਟ ਲਾਈਕ ਉਹ ਸਿਰਫ ਇੱਕ ਡੈਡ ਬੋਡੀ ਨਹੀਂ ਸੀ ਆਪਾਂ ਉਹਨੂੰ ਕਿੱਥੋਂ ਵੀ ਸੱਟ ਰਹੇ ਸੀ ਕਿੱਥੋਂ ਵੀ ਉੱਤੋਂ ਟੰਗਾ ਰਹੇ ਸੀ ਸੱਚੀ ਤਾਂ ਸੱਟਿਆ ਕਰੇ ਬਹੁਤ ਕੀਤਾ ਆਪਾਂ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਕਿੰਨਾ ਕੁਝ ਸੱਟਿਆ ਆਪਾਂ ਹੈ ਨਾ ਕੁਝ ਵੀ ਉਹਨਾਂ ਦੇ ਨਾਲ ਕਰਦੇ ਨੇ ਉਹਨਾਂ ਦੇ ਮੂੰਹ 'ਤੇ ਬਰਫ਼ ਪਾ ਕੇ ਉਹਨਾਂ ਨੂੰ ਬੈਠਣਾ ਪਿਆ ਹੂੰ ਤੇ ਉਹਨਾਂ ਉਹਨਾਂ ਦੇ ਦੰਦ ਠੰਡੇ ਹੋ ਜਾਣ ਜੋ ਕਪਈ ਜਾ ਰਹੇ ਬੀ ਐਨ ਸ਼ਰਮਾ ਅੱਗੋਂ ਹਸਾ ਰਹੇ ਉਹਨਾਂ ਦੇ ਦੰਦ ਠੰਡੇ ਪਏ ਅੱਖਾਂ ਚਪਕਾ ਨਹੀਂ ਸਕਦੇ ਕਿੰਨਾ ਵੀ ਦਰਦ ਹੋ ਜਾ ਦੰਦਾ 'ਚ ਉਹ ਸੀ ਜਿ ਉਹਨਾਂ ਨੇ ਥੋੜੀ ਦੇਰ ਬਾਅਦ ਕਿਹਾ ਕਿਹਦੇ 2 ਮਿੰਟ ਰੁਕਜੋ ਫੇਰਾ ਪੂਰਾ ਜਬੜਾ ਠੰਡਾ ਬੈਟੂ ਇੰਗਲੈਂਡ ਦੇ ਵਿੱਚ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਆਪਾਂ ਤੁਹਾਨੂੰ ਨਕਲੀ ਬਰਫ਼ ਦਵਾਂਗੇ ਤਾਂ ਕਿ ਤੁਸੀਂ ਆਰਾਮ ਨਾਲ ਹੋਲਡ ਕਰ ਸਕੋ ਹੈਨਾ ਹਾਂ ਪਰ ਨਹੀਂ ਲਾਏ ਕਹਿੰਦੇ ਅਸਲੀ ਬਰਫੀ 2 ਘੰਟੇ ਲੇਟ ਆਈ ਸੀ ਕਹਿੰਦੇ ਨਕਲੀ ਕਿ ਤੋਂ ਨਹੀਂ ਸੀ ਬਟ ਇੱਕ ਗੱਲ ਹੈਗਾ ਜਿਹੜਾ ਫਨ ਹੈ ਉਹ ਅਸਲੀ ਨਿਕਲ ਕੇ ਆ ਰਿਹਾ ਹੈ ਸਿੱਧੂਜ਼ ਆਫ ਸਾਊਥ ਹਾਲ ਰਿਲੀਜ਼ ਹੋਣ ਲਈ ਤਿਆਰ ਹੈ ਤੇ ਸਰਗੁਣ ਵਨ ਥਿੰਗ ਜਿਹੜੇ ਲੋਕ ਇਸ ਫਿਲਮ ਤੋਂ ਲੈ ਕੇ ਆਉਣਗੇ ਮਜ਼ਾ ਫੁੱਲ ਔਨ ਸਿੰਪਲ ਜੀ ਫਿਲਮ ਆ ਐਡੀ ਕੋਈ ਔਖੀ ਫਿਲਮ ਨਹੀਂ ਇਟਸ ਸੌਖਾ ਪੇਪਰ ਹੈ ਬਹੁਤ ਸੌਖਾ ਪੇਪਰ ਹੈ ਹੈ ਨਾ ਇਟਸ ਅ ਸਟ੍ਰੈਸ ਬਸਟਰ ਫਿਲਮ ਕਦੇ ਕਦੇ ਤੁਸੀਂ ਫਿਲਮਾਂ ਕਰਦੇ ਹੋ ਜਿਹਦੇ ਵਿੱਚ ਬਹੁਤ ਜ਼ਿਆਦਾ ਆਏ ਹੁੰਦਾ ਨਾ ਯਾਰ ਉਹ ਲਾ ਦੇ ਯਾਰ ਹਜੇ ਕੁਝ ਦੇਖਣ ਦਾ ਮਤਲਬ ਕੁਝ ਹੈ ਵੀ ਦੇਖਣ ਦਾ ਚੇਤ ਨਹੀਂ ਕਰ ਰਿਹਾ ਯਾਰ ਉਹ ਲਾ ਦੇ ਉਹ ਲਾ ਦੇ ਉਮੀਦ ਹੀ ਹੋਏਗੀ ਹਾਂ ਬਿਲਕੁਲ ਤੇ ਅਜੇ ਵੱਲੋਂ ਕੀ ਆਏਗਾ ਇਸ ਫਿਲਮ ਤੇ ਬਿਲਕੁਲ ਜਿਵੇਂ ਸਰਗੁਣ ਨੇ ਕਿਹਾ ਹੈ ਇੰਨਾ ਸਟ्रेस ਹੈ ਅੱਜ ਕੱਲ ਇਹ ਫਿਲਮ ਤੋਂ ਪੂਰੀ ਫੈਮਲੀ ਇਕੱਠੇ ਜਾ ਕੇ ਤੁਸੀਂ ਦੇਖ ਸਕਦੇ ਹੋ ਫਿਲਮ ਤੁਸੀਂ ਸਿਰਫ ਹਾਸਾ ਹੱਸ ਕੇ ਤੇ ਖੁਸ਼ੀਆਂ ਨਾਲ ਵਾਪਸ ਆਓਗੇ ਥੀਏਟਰ ਚ ਤੇ ਅਸੀਂ ਉਮੀਦ ਕਰਾਂਗੇ ਕਿ ਇਹ ਖੁਸ਼ੀਆਂ ਤੁਹਾਡੀ ਜ਼ਿੰਦਗੀ ਚ ਪਿਆਵੇਂ ਬਣੀ ਰਹਿਣ ਤਾਂ ਕਿ ਤੁਸੀਂ ਲੋਕਾਂ ਦੀ ਜਿੰਦਗੀ ਚ ਅਵੇਂ ਖੁਸ਼ੀਆਂ ਪਰੋਸਦੇ ਰਹੋ ਤੇ ਹਾਂ